ਜੀ ਅਸਲਾਮ ਵਾਲੇਕੁਮ, ਕੀ ਹਾਲ ਹੈ ਜੀ? ਸਾਰਿਆਂ ਦਾ ਠੀਕ ਠਾਕ ਹੋ? ਅਤੇ ਸ਼ੁਰੂ ਕਰਦੇ ਹਾਂ ਅੱਜ ਦਾ ਵਲੋਗ। ਅਤੇ ਅੱਜ ਦੇ ਵਲੋਗ ਦੇ ਵਿੱਚ ਨਾ ਤੁਹਾਨੂੰ ਦਿਖਾਵਾਂਗੇ ਸਤੰਬਰ ਕਾਸ਼ਤ ਕਮਾਦ, ਅਤੇ ਆਓ ਤੁਹਾਨੂੰ ਨਾਲ ਨਾਲ ਦਿਖਾਉਂਦੇ ਹਾਂ। ਅਤੇ ਬਾਕੀ ਦੱਸਿਓ ਕਿੱਦਾਂ ਡੇਰਾ, ਤਾਂ ਤੁਸੀਂ ਪਛਾਣ ਹੀ ਗਏ ਹੋਣੇ ਆ ਭਾਈ ਬਾਬਰ ਗੁੱਜਰ। ਅਤੇ ਚੱਲਦੇ ਨਾਲੇ ਖੇਤ ਤੁਹਾਨੂੰ ਦਿਖਾਉਂਦੇ ਹਾਂ ਭਾਈ ਬਾਬਰ ਵੀ ਉੱਥੇ ਹੀ ਲੱਗਾ ਜ਼ਮੀਨ ਜ਼ਮੂਨ ਬਾਹਣ, ਮੈਂ ਵੀ ਆਇਆ ਉੱਧਰੋਂ ਹੀ। ਅਤੇ ਆਹ ਦੇਖੋ ਸੁਹਾਗਾ ਸੁਹੂਗਾ ਮਾਰ ਕੇ ਹਟੇ ਆ, ਅਤੇ ਨਾਲੋ ਨਾਲ ਅੱਗੇ ਚੱਲਦੇ ਹਾਂ ਅਤੇ ਦਿਖਾਉਂਦੇ ਤੁਹਾਨੂੰ। ਆਹ ਲੱਗੇ ਆਪਣਾ ਟੱਪਾ ਚੜ੍ਹ ਗਏ ਆ, ਆਹ ਬਤਾਉਂਗਾ ਦੇ ਬੂਟੇ ਆਓ ਪਾਲ ਪੂਲ ਪਾ ਲਏ ਆ, ਚਲਾ ਬੰਗਲੇ ਬੜੇ ਪਾਲੇ ਆ। ਜੇ ਕਿਸੇ ਭਾਈ ਦੀ ਜ਼ਰੂਰਤ ਹੋਵੇ ਸਾਡੇ ਨਾਲ ਰਾਬਤਾ ਕਰਕੇ ਤਾਂ ਲਿਜਾ ਸਕਦਾ, ਚੈੱਕ ਕਰੋ ਸ਼ੋਪ ਕਰੋ ਇਹਨਾਂ ਦਾ ਤਾਂ ਫਿਰ ਹੀ ਗੱਲ ਬਣਨੀ ਹੈ। ਆਹ ਚੈੱਕ ਕਰੋ, ਆ ਜੀ ਕੋਈ ਬਾਬਰ ਦੇ ਪਾਸ ਦਾ ਨਾਲ ਬਾਹਰ ਲਓ ਜੀ ਆਉਣਾ ਹੁਣ ਸਰੋਂ ਦਾ ਛੁੱਟਾ ਮਾਰ ਗਿਆ ਟੀਮ, ਅਤੇ ਹੁਣ ਮੈਂ ਸਿਹਾੜ ਕੱਢਣੇ ਆ ਤਾਂ ਫਿਰ ਕਮਾਲ ਵਿੱਚ ਬੀਜਣਾ ਨਾਲ ਨਾਲ ਦਿਖਾਉਂਦੇ ਤੁਹਾਨੂੰ ਸਿਹਾੜ ਕੱਢ ਹੋਣ ਅੱਗੇ ਆ ਕੱਢ ਕੇ ਹਟਦੇ ਆ ਤਾਂ ਬੀਜ ਦਿਖਾਉਂਦੇ ਆ। ਓ ਜੀ ਇੱਕ ਦੁਆੜਾ ਬੀਜ ਦਿੱਤਾ ਸਤੰਬਰ ਕਾਸ਼ ਦਾ, ਅਤੇ ਦੂਸਰਾ ਬੀਜਣ ਦੇ ਆ, ਅਤੇ ਅੱਗੇ ਜਾ ਕੇ ਨਾ ਮੈਂ ਤੁਹਾਨੂੰ ਦਿਖਾਉਂਦਾ। ਮੈਂ ਅਸੀਂ ਪਾਣੀ ਪੂਣੀ ਪੀ ਪਾਣੀ ਪੀ ਲਿਆ ਅਤੇ ਦਿਖਾਉਂਦੇ ਤੁਹਾਨੂੰ ਬਾਕੀ ਬੀਜ ਦਾ, ਮੁੜ ਕੇ ਕੰਮ ਮੁੱਕ ਜਾਣਾ, ਸ਼ਾਮ ਨੂੰ ਬਰਸਨ ਬੀਜਣਾ, ਉਹ ਫਿਰ ਤੁਹਾਨੂੰ ਬਾਅਦ 'ਚ ਦਿਖਾਵਾਂਗੇ। ਆਹ ਦੇਖੋ ਜੀ ਆਹ ਵੀਰੇ ਜਾ ਰਹੇ ਆਪਣਾ ਬੀਜ ਲੈਣ, ਬੀਜ ਫੁੱਟ ਗਿਆ ਸੀ ਉਹ ਇੱਥੇ ਪੂਰਾ ਕਰਨ ਦੇ ਆਹ ਰਾਸ਼ਨ ਬੀਜਿਆ ਹੁਣ ਵੀ, ਅਤੇ ਆਹ ਲੱਗੇ ਹੋਏ ਆ ਜੀ ਬੀਜਣ, ਬੀਜ ਸਿੱਟਣ, ਮੈਂ ਵੀ ਜਾ ਕੇ ਨਾਲ ਹੀ ਸਿੱਟਾਂ ਇਹਨਾਂ ਦੀ, ਹਾਂ ਜਦ ਤੱਕ ਤੁਹਾਨੂੰ ਦਿਖਾਉਂਦੇ ਹਾਂ। ਆਹ ਦੇਖ ਆਹ ਦੇਖੋ ਜੀ ਆਹ ਵੀ ਆ ਸਿਹਾੜ, ਅਤੇ ਆਹ ਬਾਬਰ ਭਾਈ ਆ ਨਾਲ ਹੀ ਆਪਾਂ ਆਹ ਬੀਜਾਂਗੇ। ਲੋ ਵੀ ਗਾਈਜ ਕਮਾਦ ਸਤੰਬਰ ਕਾਸ਼ਤ ਬੀਜ ਹੋ ਗਿਆ ਅਲਹਮਦੁਲਿਲਾ ਸਾਡਾ, ਅਤੇ ਆਹ ਮਿੱਟੀ ਪੈ ਰਹੀ ਹੈ, ਤਿੰਨ ਜਣੇ ਮਿੱਟੀ ਪਾ ਰਹੇ ਆ। ਅਤੇ ਬਾਕੀ ਸਾਰੇ ਵੀਰੇ ਚੈਨਲ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਜਿਹੜੇ ਭਰਾ ਨਵੇਂ ਆਉਂਦੇ ਆ ਉਹ ਵੀ ਸਬਸਕ੍ਰਾਈਬ ਕਰਿਓ। ਬਾਕੀ ਡੇਰੇ ਦੇ ਨਜ਼ਾਰੇ ਚੈੱਕ ਕਰ ਲਓ, ਠੰਡੀ ਹਵਾ ਚੱਲ ਰਹੀ ਆ, ਯਾਰ ਹੁਣੇ ਬੈਠੇ ਆ। ਬਾਕੀ ਮਿਲਾਂਗੇ ਇਨਸ਼ਾਅੱਲਾ ਅਗਲੀ ਵੀਡੀਓ ਦੇ ਵਿੱਚ, ਜਦ ਤੱਕ ਬਾਏ ਬਾਏ।